नगर निगम वालों प्रेस कॉन्फ्रेंस की गई है कि एजेंडे से जिन्होंने लैके अच्छ प्रेस कॉन्फ्रेंस की गई है। असी सिटी ਦੇ ਵਿੱਚ ਜੋ ਜੋ ਡਿਵੈਲਪਮੈਂਟ ਵਰਕਸ ਕਰ ਰਹੇ ਹੈਗੇ ਆ ਉਸ ਸੰਬੰਧੀ ਜਾਣਕਾਰੀ ਦੇਣ ਲਈ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਹੈ ਤਾਂ ਕਿ ਤੁਹਾਡਾ ਸਹਿਯੋਗ ਵੀ ਉਸ ਕੈਂਪੇਨ ਦੇ ਵਿੱਚ ਮਿਲ ਸਕੇ। ਸਭ ਤੋਂ ਪਹਿਲੇ ਤਾਂ ਸਵੱਛ ਭਾਰਤ ਹੈਗਾ, ਫਿਰ ਅਸੀਂ ਡਿਫਰੈਂਟ ਪਾਰਕਸ ਦੀ ਜਿਹੜੀ ਹੈਗੀ ਆ ਮੇਨਟੇਨੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਉਹਦੇ ਵਿੱਚ ਜਿਮਸ ਜਿਹੜੇ ਹੈਗੇ ਓਪਨ ਏਅਰ ਜਿਮ ਉਹ ਵੀ ਲਗਾ ਰਹੇ ਹੈਗੇ ਆ। ਇਸ ਦੇ ਨਾਲ ਹੀ ਸਾਡਾ ਇਹ ਆਈਡੀਆ ਹੈਗਾ ਵੀ ਕੁਛ ਟਾਈਮ ਤੋਂ ਬਾਅਦ ਜਦੋਂ ਇਹ ਡਿਵੈਲਪ ਹੋ ਜਾਣਗੇ ਅਸੀਂ ਜਿਹੜੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਆ ਉਹਨਾਂ ਨੂੰ ਇਹ ਪਾਰਕ ਜਿਹੜੇ ਹੈਗੇ ਦੇਣਾ ਚਾਹਾਂਗੇ ਫੋਰ ਆਪਰੇਸ਼ਨ ਐਂਡ ਮੇਨਟੇਨੈਂਸ ਵਾਸਤੇ। ਮੈਡਮ ਜੇ ਆਪਾਂ ਗੱਲ ਕਰੀਏ ਸਵੱਛ ਭਾਰਤ ਮਿਸ਼ਨ ਦੇ ਤਹਿਤ ਕਿਹੜੇ ਕਿਹੜੇ ਏਜੰਡੇ ਆ ਲਿਖੇ ਗਏ ਕਿ ਜਿਹੜੇ ਕਿ ਅਵੇਅਰਨੈਸ ਲਈ ਕੀਤੇ ਜਾਊਂਗੇ? ਇਹਦੇ ਵਿੱਚ ਅਸੀਂ ਸਾਈਕਲ ਰੈਲੀ ਕਰਾਂਗੇ ਜੀ, ਨਾਲ ਹੀ ਇਹਦੇ ਵਿੱਚ ਸਕੂਲਾਂ ਕਾਲਜਾਂ ਨੂੰ ਐਸੋਸੀਏਟ ਕਰਕੇ ਇੱਕ ਅਸੀਂ ਮਾਡਲਿੰਗ ਦਾ ਇਵੈਂਟ ਕਰਾਂਗੇ ਜਿਹਦੇ ਵਿੱਚ ਕਿ ਸਾਡੇ ਜਿਹੜੇ ਹੈਗੇ ਇੱਥੋਂ ਦੇ ਆਈਕੋਨ ਹੈਗੇ ਆ ਹਰਮਿੰਦਰ ਦੁਲੋਵਾਲ ਉਹ ਪਾਰਟੀਸਪੇਟ ਕਰਨਗੇ, ਉਹਨਾਂ ਦੇ ਜਿਹੜੇ ਨਾਲ ਗਰੁੱਪ ਹੈਗੇ ਉਹ ਪਾਰਟੀਸਪੇਟ ਕਰਨਗੇ। ਇਸ ਤੋਂ ਇਲਾਵਾ ਅਸੀਂ ਇੱਥੇ ਇੱਕ ਵੇਸਟ ਟੂ ਵੰਡਰ ਪਾਰਕ ਜਿਹੜਾ ਹੈਗਾ ਆ ਉਹ ਡਿਵੈਲਪ ਕਰਵਾਇਆ ਹੈਗਾ ਆ। ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਅਸੀਂ ਸਵੱਛ ਭਾਰਤ ਮਿਸ਼ਨ ਦੇ ਤਹਿਤ। ਮੈਡਮ ਇਸ ਤੋਂ ਇਲਾਵਾ ਜਿਹੜੇ ਕਿ ਆਪਣੇ ਕਹਿ ਲਓ ਕਿ ਹਾਊਸ ਦੀ ਮੀਟਿੰਗ ਦੇ ਵਿੱਚ ਜਿਹੜੇ ਏਜੰਡੇ ਮੈਂਸ਼ਨ ਕੀਤੇ ਗਏ ਸੀ ਉਹਨਾਂ ਦੇ ਉੱਤੇ ਵੀ ਕੋਈ ਕੰਮ ਕੀਤਾ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ? ਬਿਲਕੁਲ ਜੀ, ਹਾਊਸ ਦੇ ਏਜੰਡੇ ਜਿਹੜੇ ਹੁੰਦੇ ਉਹ ਕੰਮ ਕਰਨ ਲਈ ਹੁੰਦੇ ਆ, ਨਗਰ ਨਿਗਮ ਨੂੰ ਦੇਖ ਕੇ ਉਹਦੇ ਏਜੰਡੇ ਜਿਹੜੇ ਉਹ ਲਿਖੇ ਜਾਂਦੇ ਆ ਅਤੇ ਉਹਦੇ ਵਿੱਚ ਕੁਛ ਡਿਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਆ ਉਹ ਅਸੀਂ ਸਟਾਰਟ ਕਰਵਾ ਦਿੱਤੇ ਗਏ ਹੈਗੇ ਆ। ਜਿਵੇਂ ਕਿ ਅਸੀਂ ਉਹਦੇ ਵਿੱਚ ਏਜੰਡਾ ਸੀਗਾ ਵੈਂਡਿੰਗ ਜ਼ੋਨ ਜਿਹੜੇ ਹੈਗੇ ਸਥਾਪਿਤ ਕਰਨਾ, ਜਿਹੜੀਆਂ ਰੇਹੜੀਆਂ ਵਗੈਰਾ ਇੱਕ ਪਾਸੇ ਲਗਾਉਣ ਵਾਸਤੇ ਸਰਕਾਰ ਦਾ ਹੈਗਾ ਉਹਦੇ 'ਤੇ ਕੰਮ ਕਰ ਰਹੇ ਹਾਂ ਅਸੀਂ। ਪਾਰਕਿੰਗ ਸਪੇਸਿਸ ਸਿਟੀ ਦੇ ਵਿੱਚ ਜਿਹੜੀਆਂ ਹੈਗੀਆਂ ਬਣਾਉਣ ਦੀ ਉਹ ਅਸੀਂ ਕਰ ਰਹੇ ਹੈਗੇ, ਇਹੋ ਜਿਹੇ ਹੋਰ ਬਹੁਤ ਸਾਰੇ ਏਜੰਡੇ ਜਿਹਦੇ 'ਤੇ ਅਸੀਂ ਕੰਮ ਕਰ ਰਹੇ। ਮੈਡਮ ਜੇ ਗੱਲ ਕਰੀਏ ਸਭ ਤੋਂ ਮੇਨ ਜਿਹੜੀ ਕਿ ਸਮੱਸਿਆ ਕੂੜੇ ਨੂੰ ਲੈ ਕੇ ਜਿਹੜੀ ਕਿ ਆਉਂਦੀ ਹੈ ਕਿ ਉਹਦੇ ਲਈ ਵੀ ਕੋਈ ਡੰਪ ਲਈ ਕੋਈ ਪ੍ਰੋਪਰ ਕੋਈ ਏਜੰਡਾ ਕੋਈ? ਇਸ ਵਾਰੀ ਵੀ ਹਾਊਸ ਦੇ ਵਿੱਚ ਇਹ ਏਜੰਡਾ ਪਾਇਆ ਗਿਆ ਹੈਗਾ ਅਤੇ ਉਹਦੇ ਵਿੱਚ ਇੱਕ ਐਪਰੋਪ੍ਰੀਏਟ ਜਗ੍ਹਾ ਸਾਨੂੰ ਮਿਲੀ ਹੈਗੀ, ਉਹਦਾ ਏਜੰਡਾ ਪੈ ਗਿਆ ਹੋਇਆ ਆ। ਹੁਣ ਉਹਦੇ 'ਤੇ ਵੀ ਅਸੀਂ ਜਿਹੜੇ ਹੈਗੇ ਆਉਣ ਵਾਲੇ ਦਿਨਾਂ 'ਚ ਕਾਰਵਾਈ ਸ਼ੁਰੂ ਕਰ ਰਹੇ ਹਾਂ। ਕਿੰਨਾ ਕੁ ਟਾਈਮ ਲੱਗ ਜੂਗਾ ਮੈਡਮ ਇਸ? ਮੈਕਸੀਮਮ 1 ਮੰਥ। ਮੈਡਮ ਜਿਹੜੀ ਕਿ ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਪ੍ਰਕਿਰਿਆ ਜਿਹੜੀ ਚੱਲਦੀ ਪਈ ਸੀ ਤਾਂ ਉਹਨੂੰ ਕਿੰਨਾ ਕੁ ਟਾਈਮ ਲੱਗੂਗਾ? ਮੁਲਾਜ਼ਮਾਂ ਦੀ ਭਰਤੀ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਸੀਗੇ ਉਹਨਾਂ ਦੀਆਂ ਫਾਈਲਾਂ ਦੀ ਸਕਰੂਟਨੀ ਚੱਲ ਰਹੀ ਹੈਗੀ ਹੈ। ਸਕਰੂਟਨੀ ਕਮੇਟੀ ਹੈਗੀ ਹੈ, ਇੱਕ ਸਿਲੈਕਸ਼ਨ ਕਮੇਟੀ ਹੈਗੀ ਆ, ਦੋਨੋਂ ਕਮੇਟੀਜ਼ ਰਲ ਕੇ ਜਿਹੜੀਆਂ ਹੈਗੀਆਂ ਉਹਦੇ 'ਤੇ ਕੰਮ ਕਰ ਰਹੀਆਂ ਹੈਗੀਆਂ ਐਂਡ ਆਈ ਥਿੰਕ ਵਿਦ ਇਨ 2 ਵੀਕਸ ਟਾਈਮ ਜਿਹੜੀ ਹੈਗੀ ਰਿਕਰੂਟਮੈਂਟ ਹੋ ਜਾਏਗੀ। ਮੈਡਮ ਜੇ ਗੱਲ ਕੀਤੀ ਜਾਵੇ ਕਿ ਜੇ ਇੱਕ ਠੇਕੇਦਾਰਾਂ ਵੱਲੋਂ ਡਿਵੈਲਪਮੈਂਟ ਦੇ ਮਹੱਲੇ ਗਲੀਆਂ ਦੇ ਨਾਲੀਆਂ ਦੇ ਕੰਮ ਚੱਲਦੇ ਪਏ ਸੀ ਪਰ ਕਹਿ ਲਓ ਕਿ ਹਾਲੇ ਵੀ ਕੰਮ ਇੱਕ ਸਾਲ ਤੋਂ ਬੰਦ ਪਏ ਤਾਂ ਉਹ ਲਈ ਵੀ ਕੋਈ ਠੇਕੇਦਾਰਾਂ ਨੂੰ ਕੋਈ ਦਿੱਤਾ? ਟਾਈਮ ਨਹੀਂ, ਟਾਈਮ ਟੂ ਟਾਈਮ ਡਿਵੈਲਪਮੈਂਟ ਦੇ ਜਿਹੜੇ ਹੈਗੇ ਆ ਮੌਕੇ ਉਹ ਮੈਂ ਚੈੱਕ ਆਪ ਵੀ ਕਰ ਰਹੀ ਹੈਗੀ ਹਾਂ ਅਤੇ ਉਹਨਾਂ ਨੂੰ ਕੰਪਲੀਟ ਵੀ ਕਰਵਾ ਰਹੀ ਹੈਗੀ ਮੈਂ ਚੈੱਕ ਆਪ ਵੀ ਕਰ ਰਹੀ ਹੈਗੀ ਹਾਂ ਅਤੇ ਉਹਨਾਂ ਨੂੰ ਕੰਪਲੀਟ ਵੀ ਕਰਵਾ ਰਹੀ ਹੈਗੀ ਹਾਂ। ਸਾਰੇ ਇਨ ਪ੍ਰੋਗਰੈਸ ਹੈਗੇ ਆ ਅਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹ ਵੀ ਸਾਰੇ ਕੰਪਲੀਟ ਮਿਲਣਗੇ।